ਜਥੇਬੰਦੀਆਂ ਨੂੰ ਸੱਦ ਕੇ ਸਾਰਾ ਮੈਨੂਪੁਲੇਟਡ ਸੀਗਾ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮੋਰਚੇ ਨੂੰ ਮੈਨੂਪੁਲੇਟ ਕਰਕੇ ਮੋਰਚਾ ਚੱਕਾ ਦਿੱਤਾ ਸੀ ਐਨ ਉਸ ਦੀ ਤਰਜ਼ ਤੇ ਕੱਲ ਭਗਵੰਤ ਸਿੰਘ ਮਾਨ ਨੇ ਕੁਝ ਬੰਦਿਆਂ ਨੂੰ ਬੁਲਾ ਕੇ ਤੇ ਇਹ ਦੱਸਣ ਦਾ ਕੋਸ਼ਿਸ਼ ਕੀਤੀ ਕਿ ਅਸੀਂ ਬੇਅਦਬੀਆਂ ਦਾ ਮਸਲਾ ਹੱਲ ਕੀਤਾ ਤਾਂ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਬਾਦਲ ਪਰਿਵਾਰ ਨਿਰਦੋਸ਼ ਨੇ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਗੋਲੀ ਆਪਣੇ ਆਪ ਚੱਲ ਗਈ ਕੋਟਕਪੂਰੇ ਬਜ਼ੁਰਗਾਂ ਤੇ ਔਰਤਾਂ ਤੇ ਲਾਠੀਆਂ ਵੱਜੀਆਂ ਉਹ ਕਿਹਦੇ ਹੁਕਮ ਦੇ ਨਾਲ ਵੱਜੀਆਂ ਅਜੀਤ ਸਿੰਘ ਦੇ ਉਹਦੇ ਚੂਲੇ ਵਿੱਚ ਗੋਲੀ ਵੱਜੀ ਉਹ ਕਿਹਦੇ ਹੁਕਮ ਦੇ ਨਾਲ ਵੱਜੀ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਉੱਥੇ ਚੌਂਕ ਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਉਹ ਫਿਰ ਕਿਸਨੇ ਚਲਾਈ ਸੀ ਗੋਲੀ ਤੇ ਜਿਹੜੀਆਂ ਬੇਅਦਬੀਆਂ ਦੇ ਜਿਹੜੇ ਇੰਸੀਡੈਂਟ ਬੇਅਦਬੀਆਂ ਕਿਉਂ ਹੋਈਆਂ ਸਰਕਾਰ ਕਿਹਦੀ ਸੀਗੀ 2015 ਚ ਬੇਅਦਬੀਆਂ ਹੋ ਰਹੀਆਂ 2017 ਤੱਕ 2 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਇਹ ਕੋਈ ਜ਼ਿੰਮੇਵਾਰ ਨਹੀਂ ਸੀਗੇ ਇਹਦਾ ਮਤਲਬ ਤੁਹਾਡੀ ਨਿਗਾਹ ਦੇ ਵਿੱਚ ਕੇਜਰੀਵਾਲ ਸਾਹਿਬ ਅਤੇ ਭਗਵੰਤ ਸਿੰਘ ਮਾਨ ਤੁਹਾਡੀ ਨਿਗਾਹ ਦੇ ਵਿੱਚ ਹੁਣ ਇਹ ਬੇਗੁਨਾਹ ਨੇ ਬੰਦੇ ਸਾਰਾ ਪਰਿਵਾਰ ਤੇ ਫਿਰ ਆਪਾਂ ਕਿਉਂ ਕਹਿੰਦੇ ਸੀ ਇਹਨਾਂ ਨੂੰ ਕਿ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਬਚਾ ਰਿਹਾ ਮੇਰਾ ਅੱਜ ਮੰਨਣਾ ਵਾ ਕਿ ਅਸਲ ਵਿੱਚ ਕੇਜਰੀਵਾਲ ਦੀ ਜਿਹੜੀ ਪਾਰਟੀ ਹੈ ਇਹ ਬੀਜੇਪੀ ਦੀ ਵੀ ਟੀਮ ਹੈ ਮੈਂ ਗਲਤ ਨਹੀਂ ਸ਼ਾਇਦ ਮੈਂ ਗਲਤ ਸਾਬਤ ਹੋ ਜਾਵਾਂ ਲੇਕਿਨ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਇਹ ਵੋਟ ਪਾਉਣਗੇ ਬੀਜੇਪੀ ਦੇ ਉਮੀਦਵਾਰ ਨੂੰ ਕੋਈ ਬਹਾਨਾ ਕਰਨ ਦੇਸ਼ ਵਿੱਚ ਇੰਨਾ ਤਸ਼ੱਦਦ ਹੋ ਰਿਹਾ ਘੱਟ ਗਿਣਤੀਆਂ ਤੇ ਬੁਲਡੋਜ਼ਰ ਪੋਲਿਟਿਕਸ ਚੱਲੀ